ਸਤ ਸ੍ਰੀ ਅਕਾਲ ਨਾਮ ਰਾਮ ਅਸਲਾਮ ਵਾਲੇਕੁਮ ਕਿੱਦਾ ਮੇਰੇ ਦੋਸਤੋ ਉਮੀਦ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਔਰ ਚੜ੍ਹਦੀ ਕਲਾ ਵਿੱਚ ਹੋਵੋਗੇ ਕਾਫੀ ਦਿਨਾਂ ਤੋਂ ਬਾਅਦ ਅੱਜ ਰੂਬਰੂ ਹੋ ਰਹੇ ਹਾਂ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਤੁਹਾਡੇ ਨਾਲ ਤੇ ਬਲੌਗ ਬਣਾਇਆ ਜਾ ਰਿਹਾ ਤੁਹਾਡੀ ਸੇਵਾ ਵਾਸਤੇ ਕਿਉਂਕਿ ਥੋੜੀ ਜੀ ਟਾਈਮ ਦੀ ਸ਼ਾਰਟਜ ਚੱਲਦੀ ਪਈ ਸੀ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਹਾਂ ਔਰ ਬਹੁਤ ਸਾਰੇ ਭਰਾਵਾਂ ਨੇ ਕਮੈਂਟ ਕੀਤੇ ਔਰ ਬਹੁਤ ਸਾਰੇ ਰਾਮਾ ਨੇ ਫੋਨ ਵੀ ਕੀਤਾ ਕਿਸੇ ਦਾ ਜਵਾਬ ਦੇ ਹੋਇਆ ਕਿਸੇ ਦਾ ਨਹੀਂ ਦੇ ਹੋਇਆ ਅੱਜ ਯੂਰਪ ਦੇ ਵਿੱਚ ਜਿਹੜੇ ਲੋਕ ਆ ਰਹੇ ਆ ਜਿਹੜੇ ਰਸਤਿਆਂ 'ਚ ਫਸੇ ਹੋਏ ਆ ਜਾਂ ਡੌਂਕੀ ਲਾ ਲੋ ਤੁਸੀਂ ਜਾਂ ਕੋਈ ਹੋਰ ਵੇਗ ਦੇ ਨਾਸਤੇ ਆ ਰਹੇ ਆ ਨਾ ਉਹਨਾਂ ਸਾਰਿਆਂ ਦੇ ਲਈ ਅੱਜ ਗੱਲਬਾਤ ਕਰਾਂਗੇ ਸਾਰਿਆਂ ਦੇ ਵਾਸਤੇ ਕੁਝ ਨਾ ਕੁਝ ਲੈ ਕੇ ਆਇਆ ਕੁਝ ਇਨਫਰਮੇਸ਼ਨ ਆ ਤੇ ਪੁਰਤਗਾਲ ਦੇ ਪੇਪਰਾਂ ਬਾਰੇ ਗੱਲ ਕਰਾਂਗੇ ਕੁਝ ਸਪੇਨ ਬਾਰੇ ਔਰ ਕੁਝ ਯੂਰਪ ਦੇ ਜਨ ਆਉਣ ਵਾਲੇ ਨਵੇਂ ਰਸਤੇਾਂ ਤੇ ਵੀ ਗੱਲ ਕੀਤੀ ਜਾਊਗੀ ਤੇ ਸਭ ਤੋਂ ਪਹਿਲੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਹੁਤਾ ਕਹੀਦਾ ਨਹੀਂ ਇੱਕੋ ਹੀ ਡਾਇਲੋਗ ਹੈ ਹਰ ਵਾਰ ਦਾ ਕਿ बार-बार ਇੱਕ ਹੀ ਚੀਜ਼ ਰਿਪੀਟ ਨਹੀਂ ਕਰਨੀ ਵਿੱਚ ਵਿੱਚ ਬਲੌਗ ਦੇ ਵਿੱਚ ਵਿਚਾਰ ਤੇ ਪਹਿਲੇ ਨੰਬਰ ਤੇ ਗੱਲ ਤਾਂ ਪੁਰਤਗਾਲ ਤੋਂ ਜਿੱਥੇ ਰਹਿ ਰਹੇ ਹਾਂ ਜਿੱਥੋਂ ਖਾ ਰਹੇ ਹਾਂ ਉਹਨਾਂ ਤੋਂ ਹੀ ਸ਼ੁਰੂਆਤ ਕਰਾਂਗੇ ਬੈਸਟ ਕੰਟਰੀ ਹੈ ਵਰਲਡ ਦੀ ਜਿਹਨਾਂ ਨੂੰ ਮੌਕਾ ਸੀ ਜਿਨ੍ਹਾਂ ਨੇ ਮੇਰੇ ਭਰਾਵਾਂ ਨੇ ਪੇਪਰ ਲੋਕ ਕਰਾ ਲਏ ਜਿਨ੍ਹਾਂ ਨੇ ਕਾਰਡ ਲੈ ਲਏ ਉਹਨਾਂ ਲਈ ਇਹ ਕੰਟਰੀ ਜੰਨਤ ਆ ਜਿਹੜੇ ਅੱਗੇ ਪਿੱਛੇ ਚਲੇ ਗਏ ਆ ਪਾਸਪੋਰਟ ਲੈ ਕੇ ਫਿਊਚਰ ਦੇ ਬ੍ਰਾਈਨ ਫਿਊਚਰ ਵਾਸਤੇ ਉਹਨਾਂ ਨੂੰ ਪਤਾ ਇਹਨਾਂ ਚੀਜ਼ਾਂ ਦੀ ਵੈਲਿਊ ਦਾ ਆਪਾਂ ਨੂੰ ਵੀ ਜਿੱਦਾਂ ਕਿ ਹੁਣ ਕਾਰਡ ਦੇ ਬਹੁਤ ਲਾਗੇ ਪਹੁੰਚੇ ਹੋਏ ਆ ਨਾ ਡਾਕੂਮੈਂਟਾਂ ਦੇ ਤੋਂ 3 ਸਾਲ ਦਾ ਲੰਬਾ ਸੰਘਰਸ਼ ਕੀਤਾ YouTube ਦੇ ਉੱਤੇ ਮੇਰੇ ਸਾਰੇ ਯਾਰ ਦੋਸਤ ਜੋ ਵੀ ਆ ਨਾ ਇਹ ਸਾਰੀ ਇੱਕ ਫੈਮਿਲੀ ਦੀ ਤਰ੍ਹਾਂ ਡੀਲ ਕਰਦਾ ਆ ਮੈਂ ਕੋਈ ਹਰ ਰੋਜ਼ ਬਲੌਗ ਨਹੀਂ ਪਾਉਂਦਾ ਔਰ ਬਲਫ ਨਹੀਂ ਛੱਡਦਾ ਹਾਂ ਵਿਊਜ਼ ਦੇ ਚੱਕਰਾਂ ਦੇ ਵਿੱਚ ਨੋਰਮਲ ਆਥੈਂਟਿਕ ਵੀਡੀਓ ਪਾਈ ਦੀ ਆ ਜੰਜੀ ਦੇ ਵਿੱਚ ਕੁਝ ਨਵਾਂ ਰੈਲਿਟੀ ਹੋਵੇ ਤੇ ਪਲੀਜ਼ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਇਹਨੂੰ ਦੇਖਿਆ ਜਰੂਰ ਕਰੋ ਸੁਣਿਆ ਕਰੋ ਕਿ ਆ ਵੀ ਵਿੱਚ ਉਹਦਾ ਮੋਟਿਵ ਕੀ ਆ ਕੀ ਕਹਿਣਾ ਚਾਹ ਰਿਹਾ ਤੇ ਕੁਝ ਜਿੱਦਾਂ ਕਿ ਪਿੱਛੇ 3 ਜੂਨ ਤੋਂ ਪੇਪਰ ਬੰਦ ਹੋ ਗਏ ਆ ਪੁਰਤਗਾਲ ਦੇ ਠੀਕ ਆ ਜੀ ਤੇ ਮਕਰਮਛਾਂ ਦੀ ਵੀ ਗੱਲ ਸ਼ੁਰੂਆਤ ਕਰ ਲੈਨੇ ਮਕਰਮਛਾ ਤੋਂ ਮਕਰਮਛਾ ਨੇ ਜਿੱਦਾਂ ਕਿ ਇੱਕ ਨਵਾਂ ਹੁਣ ਇੱਕ ਫੰਡਾ ਚੱਲ ਪਿਆ ਜਿਹੜੇ ਵਿਚਾਰੇ ਲੱਖ ਰੁਪਈਆ ਖਰਚ ਕਰਕੇ ਜਾਂ ਫਿਰ ਜਾਂ ਨੋ ਤੇਲੇ ਦੇ ਰਾਕੇ ਡੋਂਗੀ ਸ਼ੋਂਗੀ ਮਾਰ ਕੇ ਆਏ ਹੋਏ ਆ ਨਾ ਪੁਰਤਗਾਲ ਦੀ ਧਰਤੀ ਤੇ ਪਹੁੰਚੇ ਹੋਏ ਆ ਮੇਰੇ ਭਰਾ ਜਾਂ ਉਹਨਾਂ ਨੂੰ ਡਬਲ ਮਾਈਂਡਡ ਕੀਤਾ ਜਾ ਰਿਹਾ ਆ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕੋਈ ਨਹੀਂ ਜੀ ਤੁਸੀਂ ਇੱਥੇ ਬੈਠੋ ਕਿਉਂਕਿ ਮੇਰੇ ਕੁਝ ਯਾਰ ਦੋਸਤ ਆ ਜਿਹੜੇ ਮੈਨੂੰ ਕਾਲ ਕਰਦੇ ਆ ਕਿਉਂਕਿ ਬਹੁਤ ਸਾਰੇ ਫਰੈਂਡ ਸਰਕਲ ਆ ਬਹੁਤ ਸਾਰੇ ਫੋਨ ਆਉਂਦੇ ਆ ਤੁਹਾਡੇ ਵਰਗੇ ਭਰਾਵਾਂ ਦੇ ਵੀ ਉਹ ਕਹਿ ਰਹੇ ਆ ਜੀ 12 ਟੈਕਸ ਪਵਾ ਕੇ ਜਾਂ 13 ਟੈਕਸ ਪਵਾ ਕੇ ਜਾਂ 1.5 ਸਾਲ ਦੇ ਟੈਕਸ ਪਵਾ ਕੇ ਤੇ ਬੈਕ ਟੈਕਸ ਜਿੱਦਾਂ ਕਿ ਅੱਜਕੱਲ ਪਹਿਲੇ ਵੀ ਪੈਂਦੇ ਕਾਫੀ ਮੇਰੇ ਯਾਰਾਂ ਦੋਸਤਾਂ ਨੇ ਵੀ ਪਵਾਏ ਹੋਏ ਆਪਣਾਣਿਆਂ ਨੇ ਤੇ ਤੁਹਾਡੀ ਉਹ ਟੈਕਸ ਬੇਸ ਦੇ ਉੱਪਰ ਅ ਫਾਈਲ ਲੋਗ ਦੇ ਪ੍ਰੋਸੀਜਰ ਦੇ ਵਿੱਚ ਤੁਹਾਨੂੰ ਲਾਤਾ ਜਾਊਗਾ ਤੁਹਾਡੀ ਫਾਈਲ ਲੋਗ ਕੀਤੀ ਜਾ ਸਕਦੀ ਆ ਅਸੀਂ ਵਕੀਲ ਕਰਕੇ ਆਇਆ ਕਰਵਾ ਦਾਂਗੇ ਉਹ ਕਰਵਾ ਦਾਂਗੇ ਮੈਂ ਸਿੱਧੀ ਸਿੱਧੀ ਆਪਣੇ ਚੈਨਲ ਦੇ ਉੱਤੇ ਗੱਲ ਕਰਨਾਂ ਕਿ ਬੰਦੇ ਨੇ 4200 € ਮੰਗਿਆ ਆ ਪੂਰੇ ਟੈਕ ਸਿਸਟਮ ਪੂਰੀ ਫਾਈਲ ਲੋਕਿੰਗ ਸਾਰਾ ਕੁਝ ਕਰੰਦਾ ਕੀ ਇਹ ਸਹੀ ਆ ਕੀ ਇਹ ਜਾਇਜਾ ਗੱਲ ਇਹ ਬਿਲਕੁਲ ਗਲਤ ਆ ਮੈਂ ਆਪਣੇ ਕੱਲਾ ਆਪਣੇ ਦੋਸਤ ਨੂੰ ਫੋਨ ਤੇ ਨਹੀਂ ਦੱਸਣਾ ਚਾਹੁੰਦਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਜਿਹੜੇ ਪੁਰਤਗਾਲ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬੈਠੇ ਜਿਨ੍ਹਾਂ ਦੀ ਫਾਈਲ 3 ਜੂਨ ਤੋਂ ਪੇਪਰ ਲੌਕ ਹੋਣੇ ਬੰਦ ਹੋਣ ਤੋਂ ਬਾਅਦ ਕਿਸੇ ਦੀ ਫਾਈਲ ਨਾ ਲੌਕ ਹੋਈ ਹੈ ਨਾ ਹੋਣੀ ਆ ਜਦੋਂ ਤੱਕ ਗਵਰਨਮੈਂਟ ਇੱਥੇ ਦੀ ਕੋਈ ਨਵਾਂ ਰੂਲ ਨਹੀਂ ਬਣਾਉਂਦੀ ਠੀਕ ਹੈ ਜੀ ਤੇ ਪਲੀਜ਼ ਇਹਨਾਂ ਮਗਰਮੱਛਾਂ ਤੋਂ ਬਚੋ ਇਦਾਂ ਦੇ ਮਗਰਮੱਛ ਬਹੁਤ ਸਾਰੇ ਵੱਡੇ ਵੱਡੇ ਸ਼ਹਿਰਾਂ 'ਚ ਬੈਠੇ ਹੋਏ ਆ ਨਾ ਤੇ ਇਹ ਕੀ ਕਰਦੇ ਆ ਜੀ ਇਹ ਇੱਕ ਦੋ ਝੂਠੇ ਚੂਹੇ ਛੱਡ ਦਿੰਦੇ ਆ ਜੀ ਆਇ ਨੂੰ ਕਹਿ ਦੋ ਉਹਨੂੰ ਕਹਿ ਦੋ ਉਹ ਜਿਹੜੇ ਕਹਿਣ ਵਾਲੇ ਵੀ ਤੁਹਾਡੇ ਆਲੇ ਦੁਆਲੇ ਨੈਟਵਰਕ ਹੁੰਦਾ ਨਾ ਉਹ ਵੀ 5-400 ਵਾਲੇ ਹੁੰਦੇ ਆ ਵਿੱਚੋਂ ਜਿਹੜਾ 4200 3000 5000 ਜਿੰਨਾ ਮਿਲ ਗਿਆ ਸਪੈਨ ਵਾਲੀ ਤਾਂ ਮੈਂ ਗੱਲ ਤੁਹਾਨੂੰ ਦੱਸੀ 1800 ਲੈ ਕੇ ਬੰਦਾ ਫਰਾਰ ਹੋ ਚੱਲਿਆ ਸੀ ਤੇ ਇੱਥੇ ਹੁਣ ਨਵੀਂ ਇੱਕ ਚੱਲ ਪਈ ਆ ਕਾਨਫਰੈਂਸੀ ਐਕਚੁਅਲੀ ਵਿੱਚ ਕਸੂਰ ਕਿਸੇ ਦਾ ਨਹੀਂਗਾ ਸਾਡੇ ਜਿਹੜੇ ਲੋਗ ਮਾਤੜ ਆਉਂਦੇ ਆ ਉਹ ਹਰਾਸਮੈਂਟ ਹੀ ਇੰਨੇ ਹੋ ਗਏ ਹੁੰਦੇ ਆ ਕਿ ਉਹਨਾਂ ਨੂੰ ਕੁਝ ਦਿਖਦਾ ਨਹੀਂ ਜਿਨਨੇ ਦੋ ਗੱਲਾਂ ਪਿਆਰ ਦੀਆਂ ਕੀਤੀਆਂ ਝੂਠੀਆਂ ਹੀ ਕੀਤੀਆਂ ਉਹਦੇ ਨਾਲ ਹੋਤਰੇ ਜਿਹੜੇ ਲੋਗ ਮਗਰਮਾਛਿਆ ਜਿਹਨੇ ਪੁੱਠੇ ਜਿਹੇ ਕੰਮ ਕਰਦੇ ਆ ਉਹਨਾਂ ਨੂੰ ਕੋਈ ਹੋਰ ਧੰਦਾ ਹੋਰ ਸਿਸਟਮ ਹੀ ਨਹੀਂ ਹੈਗਾ ਉਹਨਾਂ ਕੋਲ ਉਹਨਾਂ ਨੇ ਕੁਝ ਪਿਛਲੇ 10ਾਂ 12 ਸਾਲਾਂ ਤੋਂ ਜੋ ਵੀ ਇੱਥੇ ਸਿਗੇ ਜਾਂ 2-4 ਸਾਲ ਤੋਂ ਲਾ ਲੋ ਜੋ ਵੀ ਯਾਨੀ ਉਹਨਾਂ ਦਾ ਸਰਕਲ ਆ ਉਹਨਾਂ ਨੇ ਹੋਰ ਕੁਝ ਕੀਤਾ ਹੀ ਨਹੀਂ ਉਹਨਾਂ ਨੇ ਬਸ ਆਹੀ ਕੋਸ਼ਿਸ਼ ਪੁੱਠੇ ਸਿੱਦੇ ਗੰਮਾ ਤੋਂ ਜਿਹੜੇ ਪੈਸੇ ਕਮਾਉਣੇ ਉਹਨਾਂ ਤੋਂ ਹੀ ਆਪਣਾ ਸਰਕਲ ਚਲਾਉਂਦੇ ਸੀ ਹੁਣ ਉਹ ਸਰਕਲ ਬੰਦ ਹੋ ਗਏ ਹੁਣ ਗਲੇ 'ਚ ਗੁੱਠਾ ਆ ਗਿਆ ਇਸ ਲਈ ਉਹ ਹੁਣ ਕੋਈ ਨਾ ਕੋਈ ਨਵੀਂ ਤੋਂ ਨਵੀਂ ਗੇਮ ਨਵੀਂ ਤੋਂ ਨਵੀਂ ਸਟੋਰੀ ਘੜਕੇ ਦਾ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਫੁਲਾਤੀ ਜਾਂਦੀ ਹੈ ਬਾਕੀ ਇੱਕ ਪਰਸਨਲ ਮੇਰੀ ਰਿਕਵੈਸਟ ਆ ਸਾਰੇ ਭਰਾਵਾਂ ਨੂੰ ਜਿੰਨੇ ਵੀ ਇਮੀਗ੍ਰੈਂਟਸ ਜਿੰਨੇ ਵੀ ਆਪਣੇ ਸੱਜਣ ਮਿੱਤਰ ਆਏ ਹੋਏ ਆ ਪਲੀਜ਼ ਯਾਰਾ ਕਾਰਡ ਵਾਲੀ ਜਿਹੜੀ ਸ਼ੋਸ਼ੇ ਬਾਜੀ ਆ ਨਾ ਇਹ ਆਪਾਂ ਨੂੰ ਜ਼ਰੂਰੀ ਨਹੀਂ ਹੈਗੀ ਕਾਰ ਦੇ ਉੱਪਰ ਲਿਖਿਆ ਹੁੰਦਾ TCR ਟੈਂਪੋਰਰੀ ਰੈਜ਼ੀਡੈਂਸ ਕਾਰਡ ਇਹ ਕੋਈ ਬਹਾਦਰੀ ਨਹੀਂ ਹੈਗੀ 3 ਸਾਲ ਟੱਕੇ ਖਾਂਦੇ ਬੰਦਾ ਨਕਰ ਨਿਕਾ ਨਿਕਲ ਜਾਂਦੀਆਂ ਫਿਰ ਜਾ ਕੇ TCR ਕਾਰਡ ਹੁੰਦਾ ਇਹ ਆਪਾਂ ਸ਼ੋਅ ਆਫ ਕਰਕੇ ਨਾ ਇਹ ਇਕੱਲਾ ਇਹ ਨਾ ਸੋਚੋ ਕਿ ਸਾਡੇ ਤੱਕ ਹੀ ਹੈ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਮਿਲਣਾ ਸਾਰਿਆਂ ਨੂੰ ਮਿਲਦਾ ਇਹਨੂੰ ਬਹੁਤ ਹਾਈਲਾਈਟ ਕਰਕੇ ਕਾਰਡ ਦਿਖਾਉਂਦੇ ਆ ਇਹ ਉਹ ਪਲਾਨ ਯਾਰ ਮੈਂ ਨਹੀਂ ਇਸ ਚੀਜ਼ ਨੂੰ ਸਮਝਦਾ ਕਿ ਕੋਈ ਬਹੁਤ ਹੀ ਵਧੀਆ ਗੱਲ ਆ ਨਹੀਂ ਦਿਖਾਉਣਾ ਚਾਹੀਦਾ ਕਾਰਡ ਦਿਖਾ ਕੇ ਆਪਾਂ ਇਹ ਦੱਸਣਾ ਚਾਹੁੰਨੇ ਕਿ ਪਤਾ ਨਹੀਂ ਲੈ ਵੀ ਅਸੀਂ ਐ ਹੋ ਗਏ ਹੋਗੇ ਹੋਗੇ ਕੁਝ ਨਹੀਂ ਨਾਰਮਲ ਰੋਰ ਰਿਲੈਕਸ ਹੋ ਤੁਹਾਡੀ ਖੁਸ਼ੀ ਆ ਤੁਹਾਡੀ ਚੀਜ਼ ਆ ਤੁਸੀਂ ਆਪਣੀ ਮਿਹਨਤ ਨਾਲ ਅ ਅਜ਼ੀਬ ਕੀਤੀ ਹੈ ਨਾ ਤੇ ਉਹ ਤੁਹਾਨੂੰ ਮਿਲੀ ਆ ਤੇ ਐਵੇਂ ਸੋਸ਼ਲ ਮੀਡੀਆ ਦੇ ਉੱਪਰ ਇਸ ਚੀਜ਼ ਦਾ ਪ੍ਰਦਰਸ਼ਨ ਕਰਨ ਦੇ ਨਾਲ ਬੈਡ ਇਫੈਕਟ ਪੈਂਦਾ ਪਿਆ ਕੋਈ ਬਹੁਤਾ ਇਫੈਕਟ ਵਧੀਆ ਨਹੀਂ ਪੈ ਰਿਹਾ ਇਸ ਚੀਜ਼ ਦਾ ਤੇ ਮੇਰੇ ਕੋਲ ਇਹ ਤਾਂ ਸੀ ਪਰਸਨਲ ਚੀਜ਼ ਦੂਜੀ ਗੱਲ ਜਿਹੜੇ ਮੇਰੇ ਵੀਰ ਡੌਂਕੀਆਂ ਸ਼ੌਕੀਆਂ ਦੇ ਚੱਕਰਾਂ ਦੇ ਵਿੱਚ ਪਏ ਹੋਏ ਆ ਠੰਡ ਬੜੀ ਆ ਮੇਰੇ ਵੀਰੋ ਯੂਰਪ ਦੇ ਵਿੱਚ ਵੱਧ ਗਈ ਹੈ ਠੰਡ ਆ ਦੇਖ ਹੀ ਰਹੇ ਆ ਥੋੜੀ ਥੋੜੀ ਆਪਾਂ ਵੀ ਇੱਥੇ ਪੁਰਤਗਾਲ 'ਚ ਵੀ ਹੁਣ ਜੈਕਟਾਂ ਜੁਕਟਾਂ ਨੂੰ ਵੱਧ ਗਏ ਆ ਬਾਕੀ ਜਰਮਨ ਫ੍ਰਾਂਸ ਬੈਲਜੀਅਮ ਜਾਂ ਉੱਪਰ ਨੋਰਵੇ ਵਗੈਰਾ ਹਨਾ ਰਸ਼ੇ ਲਾਲੋ ਤੁਸੀਂ ਦਿਖਦਾ ਮੈਨੂੰ ਜਿੱਧਰ ਦੀ ਗੋਰਾ ਵੀ ਰਾਹ ਮੜ ਜਾਂਦਾ ਤੇ ਜਾਂ ਸਰਬੀਆ ਰੁਪਿਆ ਚ ਉਹ ਵੀ ਸਿਸਟਮ ਆ ਪਹਿਲੇ ਵਾਲੇ ਡੌਂਕੀ ਤੋਂ ਥੋੜਾ ਜਿਹਾ ਪਰੇਸ਼ ਕਰੋ ਡੌਂਕੀ ਸਹੀ ਨਹੀਂ ਹੈਗੀ ਡੌਂਕੀ ਖਤਰਨਾਕ ਆ ਤੋਂ ਕੀ ਦੇ ਵਾਸਤੇ ਪਹਿਲੇ ਇੱਕ ਚੀਜ਼ ਹੋਰ ਕਰਕੇ ਦੇਖੋ ਜੌਬ ਸਰਚ ਵੀਜ਼ਾ ਨਿਕਲਦਾ ਹੈ ਮੇਰਾ ਦੋਸਤ ਤਕਰੀਬਨ 3 4 ਦਿਨ ਹੋ ਗਏ ਜੀ 4 ਦਿਨ ਪਹਿਲੇ ਉਹ ਆਇਆ ਲਿਸਬਨ ਉਹਦਾ ਚਾਚੇ ਦਾ ਜਾਨਕੀ ਕਜ਼ਨ ਬ੍ਰਦਰ ਆ ਫਾਰ ਹੋ ਰਿਹਾ ਉਹ ਉਹਦੇ ਕੋਲ ਮੂਵ ਹੋ ਗਿਆ ਕੁਝ ਨਹੀਂ ਕਰਨਾ ਸਿੰਪਲ ਵੇ ਆ ਸਿੰਪਲ ਟੈਕਨੀਕ ਆ ਸਿਰਫ ਇੰਡੀਆ ਦੇ ਵਿੱਚ ਜਿਹੜੇ ਮਗਰਮਾਚ ਬੈਠੇ ਆ ਉਹਨਾਂ ਨੇ ਉਹਦੇ ਕੋ ਸਿਰਫ ਅਪਾਰਟਮੈਂਟ ਚੱਕਣ ਦਾ ਹੀ 90000 ਰੁਪਇਆ ਇੰਡੀਆ ਦਾ ਲੈ ਲਿਆ ਪਾਰਟਮੈਂਟ ਦਾ ਕਰਨਾ ਕੁਛ ਨਹੀਂ ਮੈਂ ਤੁਹਾਨੂੰ ਸ਼ਾਰਟਕਟ ਚ ਦੱਸਦਾ ਬਹੁਤ ਸਾਰੇ ਵੀਡੀਓ ਬਣਾਉਂਦੇ ਲੋਕ ਵਲੌਗ ਬਣਾਉਂਦੇ ਆ ਕਈ ਕੁਛ ਉਹ ਤੋੜ ਮਰੋੜ ਕੇ ਮਸਾਲੇ ਲਾ ਕੇ ਬਣਾਉਂਦੇ ਆ ਆਪਾਂ 15 ਦਿਨਾਂ ਜੇ ਇੱਕ ਵਲੌਗ ਬਾਈ ਦਾ ਸਿੱਧੀ ਸਿੱਧੀ ਸਪੱਸ਼ਟ ਗੱਲ ਕਰੀ ਦੀ ਆ ਸਿੰਪਲ ਗੱਲ ਆ ਜਿਹੜੀ ਗੱਲ ਦੱਸਣ ਜਾ ਰਿਹਾ ਨੂੰ ਨੋਟ ਕਰ ਲਓ ਕਾਪੀ ਤੇ ਲਿਖ ਲਓ ਲਿਖਣਾ ਤੇ ਨੰਬਰ 1 ਤੁਹਾਡੀ ਪੀਸੀਸੀ 6 ਮਹੀਨੇ ਵਾਲੀ ਵੈਲਿਟ ਹੋਣੀ ਚਾਹੀਦੀ ਆ ਪਟੇਲਾ ਉਸ ਤੋਂ ਮੋਹਰਾ ਮਾਰਾ ਸਭ ਲੱਗੀਆਂ ਹੋਣੀ ਚਾਹੀਦੀਆਂ ਤੁਹਾਡੇ ਕੋਲ ਇੱਕ ਆਈਐਫਪੀ ਦਾ ਲੈਟਰ ਆਨਲਾਈਨ ਨਿਕਲਦਾ ਆ ਜੇ ਕਹੋਗੇ ਤਾਂ ਮੈਂ ਲਿੰਕ ਵੀ ਸੈਂਡ ਕਰੂੰਗਾ ਬਾਕੀ ਤੁਸੀਂ ਨਾਰਮਲ ਭਰ ਲਿਓ ਪੁਰਤਗਾਲ ਦੇ ਵਿੱਚ ਉਹ ਸਾਈਡ ਆ ਇਮੀਗ੍ਰੇਸ਼ਨ ਨੂੰ ਡੀਲ ਕਰਦੀ ਆ ਆਈਮਾ ਤੋਂ ਬਾਅਦ ਆਈਮਾ ਫਸਟ ਤੇ ਆ ਜਾਂਦੀ ਆ ਉਹ ਪੁਰਤਗਾਲ ਦੇ ਅੰਦਰ ਹੈਂਡਲ ਕਰਦੀ ਆ ਕਿ ਇੰਟਰਨੈਸ਼ਨਲ ਲੈਵਲ ਤੇ ਆਈਐਫਪੀ ਇੱਕ ਡਿਪਾਰਟਮੈਂਟ ਆ ਨਾ ਦਾ ਪੁਰਤਗਾਲ ਗਵਰਨਮੈਂਟ ਦਾ ਉਹ ਡੀਲ ਕਰਦਾ ਇਮੀਗ੍ਰੈਂਟ ਨੂੰ ਬਾਹਲੀਆਂ ਕੰਟਰੀਆਂ ਤੋਂ ਆਉਣ ਵਿੱਚ ਠੀਕ ਹੈ ਜੀ ਉਹਦੇ ਉੱਤੇ ਇੱਕ ਆਨਲਾਈਨ 90 ਦਿਨ ਦਾ ਤੁਹਾਨੂੰ ਪੇਪਰ ਮਿਲ ਜਾਂਦਾ ਆ ਫਿਰ ਦਿਨ ਤੋਂ 4 ਲੱਖ ਮਨੀ ਏਟੀਕੇਡ ਇੰਸ਼ੋਰੈਂਸ ਇਹ ਉਹ ਸਾਰੀ ਰਿਸਪੌਂਸੀਬਿਲਟੀ ਤੁਹਾਨੂੰ ਯਾਨੀ ਕਿ ਜੇ ਤੁਸੀਂ ਖੁਦ ਆ ਰਹੇ ਹੋ ਆਪਣੇ ਵਿਆਹ ਤੇ ਆ ਰਹੇ ਹੋ ਤਾਂ ਤੁਹਾਨੂੰ ਫੁੱਲ ਸਾਰਾ ਕੁਝ ਆਪਣਾ ਖਰਚਾ ਆਪ ਚੱਕਣਾ ਪਊਗਾ ਨੰਬਰ 2 ਟਿਕਟਾਂ ਆਉਣ ਜਾਣ ਦੀਆਂ ਕਨਫਰਮ ਲੱਗਣੀਆਂ ਆ ਬਾਅਦ ਚੋ ਬੇਸ਼ੱਕ ਤੁਸੀਂ ਇੱਥੇ ਆ ਲਈ ਆ ਕੇ ਕੈਨਸਲ ਕਰਾ ਦਿਓ ਪਰ ਕਰ ਫਾਰਮ ਨੰਬਰ 3 ਇਹ ਜਿਹੜੀ ਇੰਸ਼ੋਰੈਂਸ ਟਰੈਵਲ ਇੰਸ਼ੋਰੈਂਸ ਆ ਕਿਸੇ ਪਰਵੇ ਤੋਂ ਨਹੀਂ ਜਾਣਾ ਕਿਸੇ ਕਿਸੇ ਵਧੀਆ ਏਜੰਟ ਕੋ ਜਾਣਾ ਜਿਹੜਾ ਬੰਦਾ ਤੁਹਾਡੇ ਪੈਸੇ ਲੈ ਕੇ ਤੁਹਾਨੂੰ ਪੂਰਾ ਯਾਨੀ ਕਿ ਸਹੀ ਕੰਮ ਕਰਕੇ ਦੇਵੇ ਟਰੈਵਲ ਇੰਸ਼ੋਰੈਂਸ ਬਣਵਾਓ ਵਧੀਆ ਜੀ ਬਣਵਾਓ ਕਵਰ ਲੈਟਰ ਐ ਟੌਪ ਤੇ ਬਣਾਓ 2000 ਰੁਪਿਆ ਲੱਗਦਾ ਆ ਕੋਈ ਵਧੀਆ ਜਿਹਾ ਕੋਈ ਬੰਦਾ ਲੱਭ ਕੇ ਚੋਟੀ ਦਾ ਖਿਡਾਰੀ ਉਹਦੇ ਕੋਲ ਬਣਵਾਓ ਉਜੇ ਤੁਹਾਡਾ ਪੂਰਾ ਪਲਾਨ ਸ਼ਡਿਊਲ ਜਾਨੀ ਕਿ ਹੁੰਦਾ ਨਾ ਕਿ ਅਮੀਨੀਦਿਗ ਨੂੰ ਜਾ ਰਿਹਾ ਅਮੀਨੀਦਿਗ ਨੂੰ ਆਉਂਗਾ ਇੱਥੇ ਆ ਕੰਮ ਕਰਨਾ ਇੱਥੇ ਉਹ ਕੰਮ ਕਰਨਾ ਹਰ ਚੀਜ਼ ਉਹ ਜੇ ਮੈਂਸ਼ਨ ਕਰੋ ਤੇ ਤੁਹਾਡਾ ਵੀਜ਼ਾ 99% ਲੱਗਦਾ 1% ਦਾ ਮੌਤ ਦਾ ਵੀ ਨਹੀਂ ਫਰਕ ਪਤਾ ਹੁੰਦਾ ਜੀ ਠੀਕ ਹੈ ਜੀ ਇਹ ਆ ਇੱਕ ਲੀਗਲ ਵੇ ਪੁਰਤਗਾਲ ਆਉਂਦਾ ਔਰ ਇਹਦਾ ਪਲੱਸ ਪੁਆਇੰਟ ਇਹ ਆ ਮੈਂ ਤਾਂ ਡੋਂਗੀ ਨੂੰ ਅਵੋਇਡ ਕਰਕੇ ਇਧਰਲੇ ਪਾਸੇ ਤੁਹਾਨੂੰ ਮੂਵ ਕਰ ਰਿਹਾ ਕਿਉਂਕਿ ਮੈਂ ਏਜੰਟ ਨਹੀਂ ਹੈਗਾ ਨਾ ਮੈਂ ਡੋਂਕਰਿਆ ਮੈਂ ਤੁਹਾਨੂੰ ਸਿਰਫ ਐਡਵਾਈਸ ਕਰਦਾ ਉਹਨਾਂ ਸਹੀ ਤਰੀਕੇ ਦੇ ਨਾਲ ਪਲੱਸ ਇਹ ਹੀ ਪੁਆਇੰਟ ਬਣਦਾ ਆ ਕਿ ਤੁਸੀਂ ਜਦੋਂ ਇਸ TCRC ਕਾਰਡ ਦੇ ਆਪਣੇ ਜੋਬ ਸਰਚ ਵੇਜੇ ਦੇ ਉੱਤੇ ਆਉਨੇ ਆ ਗਵਰਨਮੈਂਟ ਤੁਹਾਨੂੰ ਤੁਹਾਡੇ ਮੂਲਕ ਤੋਂ ਹੀ ਸਾਰਾ ਕੁਝ ਵੈਰੀਫਾਈ ਕਰ ਲੈਂਦੀ ਹੈ ਇੱਥੇ ਆਉਣ ਤੋਂ ਬਾਅਦ ਸਿਰਫ ਤੁਸੀਂ ਆਪਣਾ ਵਰਕ ਤਲਾਸ਼ ਕਰਨਾ ਤੁਸੀਂ ਕੰਮ ਲੱਭਣਾ ਆਪਣੇ ਵਾਸਤੇ ਕੰਮ ਕਿਤੇ ਨਾ ਕਿਤੇ ਮਿਲ ਹੀ ਜਾਂਦਾ ਐਗਰੀਕਲਚਰ ਚ ਵੜ ਜਾਓ ਉੱਥੇ ਤੁਹਾਨੂੰ ਕੰਮ ਮਿਲ ਜਾਏਗਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੰਪਨੀ ਤੋਂ ਅ ਵਰਕ ਕੰਟਰੈਕਟ ਉਹ ਚਾਹੀਦਾ ਆਪਾਂ ਨੂੰ ਵਰਕ ਕੰਟਰੈਕਟ ਮਿਲ ਗਿਆ ਤੇ ਗੇਮ ਪੂਰੀ ਕਲੀਅਰ ਆਪਣੇ ਹੱਥ 'ਚ ਆ ਜਾਂਦੀ ਹੈ ਜਿੰਨੀ ਜਲਦੀ ਹੋ ਜੇ ਇਹ ਪੁਰਤਗਾਲ ਦੇ ਵਿੱਚ ਆਉਣ ਤੋਂ ਬਾਅਦ ਜਿਵੇਂ ਕਿ ਮੇਰਾ ਦੋਸਤ ਆਇਆ 4 ਦਿਨ ਹੋ ਗਏ ਉਹਨੂੰ ਆਉਂਦੇ ਸਾਰ ਹੀ ਮੈਂ ਵੀ ਲੱਗ ਗਿਆ ਲੱਭਣ ਆਪਿਆਂ ਉਹਦੇ ਵਾਸਤੇ ਕੰਮ ਤੇ ਹੋਰ ਉਹਦੇ ਬ੍ਰਦਰ ਕਜ਼ਨ ਜੋ ਵੀ ਹੈ ਨਾ ਸਾਰੇ ਜਣੇ ਆਪਾਂ ਲੱਭਦੇ ਪਏ ਆ ਹਫਤੇ 10 ਦਿਨ ਦੇ ਵਿੱਚ ਵਿੱਚ ਉਹਨੂੰ ਕੰਮ ਤੇ ਝਾੜਨਾ ਜਦੋਂ ਚੜ ਗਿਆ ਉਹਨੂੰ ਤਕਰੀਬਨ 90 ਡੇਸ ਯਾਨੀ ਕਿ 90 ਦਿਨ ਦੇ ਅੰਦਰ ਅੰਦਰ ਉਹਨੂੰ TCRC ਕਾਰਡ ਯਾਨੀ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਮੇਰਾ ਇੱਕ ਦੋਸਤ ਆਹੀ ਉਹਨੂੰ 17 ਦਿਨਾਂ ਬਾਅਦ TCRC ਕਾਰਡ ਮਿਲ ਗਿਆ ਸੀ ਬਾਅਦ ਸ਼ਰਤਾਂ ਉਹ ਇੱਕ ਵਧੀਆ ਕੰਪਨੀ 'ਚ ਲੱਗਾ ਸੀ ਹੋਂਦੇ ਸਾਰੀ ਉਹਨੇ ਇੱਕ ਵਧੀਆ ਕੰਪਨੀ ਸਰਚ ਕੀਤੀ ਰੱਬ ਵੱਲੋਂ ਇੰਗਲਿਸ਼ ਇੰਗਲਿਸ਼ ਵਧੀਆ ਬੋਲਦਾ ਸੀ ਤੇ ਕਦੇ ਉਹਦਾ ਡਿਗਾਰਡ ਲੱਗ ਗਿਆ ਤੇ 17 ਦਿਨਾਂ ਬਾਅਦ ਉਹਨੂੰ TCRC ਕਾਰਡ ਵੀ ਮਿਲ ਗਿਆ ਸੀ ਇਦਾਂ ਦੇ ਵੀ ਲੱਕ ਕਈ ਵਾਰੀ ਲੱਗ ਜਾਂਦੇ ਆ ਪਰ ਗੱਲ ਇਹ ਆ ਕਿ ਈਜ਼ੀ ਆ ਸਾਰਾ ਕੁਝ ਤੁਹਾਡਾ ਮੇਰਾ ਨੰਬਰ ਹੈਗਾ ਮੇਰਾ ਕਮੈਂਟ ਬਾਕਸ ਦੇ ਵਿੱਚ ਵੀ ਤੁਸੀਂ ਮੈਸੇਜ ਕਰਕੇ ਵੀ ਪਤਾ ਕਰ ਸਕਦੇ ਆ ਜਿੰਨਾ ਮੇਰੇ ਕੋਲ ਟਾਈਮ ਹੋਗਾ ਤੁਹਾਡੀ ਹੈਲਪ ਕਰੂੰਗਾ ਡੋਂਕੀਆਂ ਸ਼ੌਕੀਆਂ ਨਹੀਂ ਲਾਉਣੀਆਂ ਸਿੱਧਾ ਆਓ ਕੋਈ ਚੱਕਰ ਨਹੀਂ ਹੈਗਾ ਹੁਣ ਟਾਈਮ ਨਹੀਂ ਰਿਹਾ ਯੂਰਪ ਦੇ ਵਿੱਚ ਬਹੁਤ ਸਾਰੇ ਕਾਨੂੰਨ ਨਿਜ਼ਮ ਚੇਂਜ ਹੋ ਗਏ ਆ ਸ਼ਕਤੀ ਵੀ ਹੋ ਗਈ ਆ ਪਰ ਉਹਦੇ ਨਾਲ ਕਿਤੇ ਨਾ ਕਿਤੇ ਲੀਨੀਅਰਟੀ ਵੀ ਮਿਲਦੀ ਵੀ ਥੋੜਾ ਥੋੜਾ ਆਪਾਂ ਨੂੰ ਬੈਨੀਫਿਟ ਵੀ ਮਿਲ ਰਿਹਾ ਆ ਕਿ ਟੀਆਰਸੀ ਵੀ ਹੁਣ ਚੇਂਜ ਹੋਣੀ ਸ਼ੁਰੂ ਹੋ ਜਾਣੀ ਆ ਆਉਣ ਵਾਲੇ ਟਾਈਮਾਂ ਦੇ ਵਿੱਚ ਤੇ ਇੱਕ ਹੋਰ ਗੱਲ ਜਦੋਂ ਤੁਸੀਂ ਸ਼ੰਜਨ ਵੀਜ਼ੇ ਤੇ ਆ ਜੰਨੇ ਇੱਕ ਹੋਰ ਸ਼ੰਜਨ ਵੀਜ਼ੇ ਵਾਲੀ ਵੀ ਗੱਲ ਕਰਦੇ ਨੇ ਨਾਲ ਜਦੋਂ ਸ਼ੰਜਨ ਵੀਜ਼ੇ ਤੇ ਆ ਜੰਨੇ ਇੱਕ ਲਾਟਵੀਆ ਕੰਟਰੀ ਵੀ ਆ ਅਗਰ ਤੁਸੀਂ ਲਾਟਵੀਆ ਕੰਟਰੀ ਦੇ ਵਿੱਚ ਜੋਬ ਸਰਚ ਕਰਦੇ ਆ ਅਗਰ ਤੁਹਾਨੂੰ ਉਸ ਜੋਬ ਸਰਚ ਦੇ ਵਿੱਚ ਇੱਕ ਜੋਬ ਮਿਲ ਜਾਂਦੀ ਆ ਤੇ ਉੱਥੇ ਦੇ ਰੂਲ ਰੈਗੂਲੇਸ਼ਨ ਜਾਨੀ ਮੇਰੇ ਦੋਸਤ گئے ਹੋਏ ਆ ਸਰਚ ਕਰ ਰਹੇ ਆ ਅਗਲੇ ਨੈਕਸਟ ਬਲੌਗ ਆਪਾਂ ਲਾਟਵੀਆ ਤੇ ਹੀ ਬਣਾਵਾਂਗੇ ਉੱਥੇ ਤੁਹਾਨੂੰ ਟੀਆਰਸੀ ਕਾਰਡ ਬਹੁਤ ਈਜ਼ੀਲੀ ਮਿਲਦਾ ਆ ਪਹਿਲੀ ਗੱਲ ਮੋਟੇ ਵੇ ਰੱਖੋ ਯੂਰਪ ਜਾਣ ਤੋਂ ਪਹਿਲੇ ਆਪਣੇ ਮਾਪੇ ਆਪਣਾ ਸਲਾਮ ਮਸ਼ਵਰਾ ਕਰੋਗੇ ਜਿਹੜਾ ਬੰਦਾ ਕਰਜ਼ਾ ਚੱਕ ਕੇ ਆ ਰਿਹਾ ਫੈਮਿਲੀ ਵਾਲਾ ਪਲੀਜ਼ ਉਹ ਆਪਣਾ ਬੈਕਪੋਰਟ ਖੜੀ ਕਰਕੇ ਆਵੇ ਕਿਉਂਕਿ ਯੂਰਪ ਦੇ ਵਿੱਚ ਬਦੌ ਡਾਕੂਮੈਂਟ ਬੰਦਾ ਜ਼ੀਰੋ ਆ ਉਹਦੀ ਵੈਲਿਊ ਜ਼ੀਰੋ ਆ ਇਹ ਸਾਰੇ ਭਰਾ ਮੇਰੇ ਜਾਣਦੇ ਇਸ ਗੱਲ ਨੂੰ ਜਦੋਂ ਤੱਕ ਤੁਹਾਡੇ ਡਾਕੂਮੈਂਟ ਨਹੀਂ ਤੁਹਾਨੂੰ ਕਿਸੇ ਨੇ ਨਹੀਂ ਬਾਹ ਫੜਨੀ 2 ਨੰਬਰ ਦੇ ਵਿੱਚ ਜੇ ਕੋਈ 10 ਯੂਰੋ ਲੈਂਦਾ ਆ ਤੇ ਉਹਨੇ ਤੁਹਾਨੂੰ 5 ਹੀ ਦੇਣੇ ਆ ਜੇ 5 ਲੈਂਦਾ ਤਾਂ ਉਹਨੇ ਤੁਹਾਨੂੰ 2 ਹੀ ਦੇਣੇ ਆ ਇਤੋਂ ਇਸ ਲਈ ਤੁਹਾਨੂੰ ਲੀਗਲ ਹੋਣਾ ਪੈਣਾ ਤੇ ਲੀਗਲ ਹੋਣ ਤੋਂ ਬਾਅਦ ਹੀ ਪੈਸੇ ਕਮਾਏ ਜਾ ਸਕਦੇ ਆ ਤੇ ਇਸ ਲਈ ਆਪਣਾ ਧਿਆਨ ਜਿਹੜਾ ਪੈਸਿਆਂ ਨੂੰ ਛੱਡ ਕੇ ਜਰਮਨ ਫਰਾਂਸ ਬੈਲਜੀਅਮ ਇਹਨਾਂ ਵੱਡੀਆਂ ਗੱਡੀਆਂ ਨੂੰ ਛੱਡ ਕੇ ਸਿਰਫ ਯੂਰਪ ਦੀ TCRC ਉੱਤੇ ਫੋਕਸ ਕਰੋ ਕਿ ਕਿਸੇ ਤਰੀਕੇ ਨਾਲ ਕਿਸੇ ਵੀ ਕੰਟਰੀ ਦਾ ਆਪ ਨੂੰ TCRC ਗਾੜ ਮਿਲੇ ਵੈਲਿਡ ਆ ਜੇ ਕੋਈ ਕਵਰੀ ਡੀਆਰਸੀ ਕਾਰਡ ਮਿਲ ਗਿਆ ਤੁਸੀਂ ਕਨਵਰਟ ਕਰਾ ਸਕਦੇ ਆ ਇੱਧਰ ਉਧਰ ਉਧਰ થી ਇੱਧਰ ਆਰਾਮ ਨਾ ਹੋ ਜਾਂਦਾ ਥੋੜਾ ਜਿਹਾ ਵਕੀਲ ਮਣਕਾ ਲੈਂਦੇ ਆ ਕੁਛ ਨਾ ਕੁਛ ਸੇਵਾ ਦੇ ਦੂ ਕਿ ਕੰਮ ਹੁੰਦੇ ਆ ਸਾਰੇ ਕੰਮ ਹੁੰਦੇ ਦੁਨੀਆ ਦੇ ਵਿੱਚ ਇੱਥੇ ਵੀ ਹੁੰਦੇ ਆ ਇੱਥੇ ਤਾਂ ਇੱਧੇ ਇਹਨਾਂ ਦੇ ਬੰਦੇ ਦੇਖੇ ਆ ਜਿਹੜੇ ਕਹਿੰਦੇ ਕਿ 17000 ਰਾਇਰ ਦਿਓ ਤਾਂ ਮੈਂ ਤੁਹਾਨੂੰ ਪਾਸਵਰਡ ਦਿੰਨੇ ਆ ਐਦਾਂ ਦੇ ਯੂਰਪ ਦੇ ਵਿੱਚ ਵੀ ਬੰਦੇ ਮਿਲ ਚੁੱਕੇ ਆ ਡਾਇਰੈਕਟ ਪਾਸਵਰਡ ਹੀ ਦੇਣ ਨੂੰ ਤਿਆਰ ਹੋ ਜਾਂਦੇ ਆ ਤੁਸੀਂ 17000 ਰਾਇਰ ਸਿੱਟੋ ਅੱਗੇ ਲੈ ਮੋਰੀ ਠੀਕ ਹੈ ਜੀ ਪੀਛਾ ਕੋ ਤਾਂ ਗੱਲਾਂ ਹੀ ਹੁੰਦੀਆਂ ਦੇਣੇ ਜਾਂ ਨਹੀਂ ਦੇਣੇ ਇਹ ਤਾਂ ਜਦੋਂ ਬੰਦਾ ਰਾਹ ਪਿਆ ਜਾਂ ਬਾਹ ਪਿਆ ਜਾਣੇ ਤੇ ਮੇਰੇ ਵੀਰੋਂ ਡੋਂਕੀ ਡੂੰਗੀ ਨੂੰ ਅਵੋਇਡ ਕਰੋ ਤੇ ਜਿਹੜੇ ਵੀਰ ਹੁਣ ਨਿਕਲ ਹੀ ਗਏ ਆ ਜਿਨ੍ਹਾਂ ਦਾ ਕੁਝ ਸਿਸਟਮ ਹੀ ਨਹੀਂ ਹੈਗਾ ਨਾ ਕੋਈ ਕਿਤੇ ਬੈਠਾ ਉਹ ਕਿਤੇ ਬੈਠਾ ਜਿਹੜੇ ਤਾਂ ਦਵਾਈ ਲੋਈ ਤੱਕ ਆ ਅਗਰ ਹੋ ਸਕੇ ਦੇਖੋ ਆਪਾਂ ਉਹਨਾਂ ਜਿਹੋ ਨਹੀਂ ਹੈਗੇ ਕਿ ਤੁਹਾਨੂੰ ਡੀਗ੍ਰੇਡ ਕਰਾਂਗੇ ਭਾਈ ਨਹੀਂ ਯਾਰ ਮਰ ਗਏ ਲੁੱਟ ਗਏ ਨਾ ਆਓ ਬੜੇ ਬਲੌਗਰ ਆ ਬੜਾ ਕੁਝ ਕਹਿ ਰਹੇ ਆ YouTube ਦੇ ਉੱਪਰ ਬੈਠ ਕੇ ਯੂਰਪ ਦੇ ਵਿੱਚ ਆ ਗਿਆ ਯੂਰਪ ਦੇ ਵਿੱਚ ਆ ਗਿਆ ਆਪਾਂ ਗੱਲ ਪੋਜੀਟਿਵ ਕਰਦੇ ਪਏ ਆ ਹਰੇਕ ਨੂੰ ਹੱਕ ਆ ਆਪਣੀ ਫੈਮਿਲੀ ਨੂੰ ਤੇ ਆਪਣੇ ਆਪ ਨੂੰ ਕਾਮਯਾਬ ਕਰਨਾ ਵਾਸਤੇ ਆਪਣੀ ਫੈਮਿਲੀ ਨੂੰ ਸਪੋਰਟ ਕਰਨ ਵਾਸਤੇ ਆਓ ਜੀ ਸਾਦਕੇ ਆਓ ਆਉਣਾ ਚਾਹੀਦਾ ਹਿੰਮਤ ਕਰਨੀ ਚਾਹੀਦੀ ਹਿੰਮਤ ਕਰੋਗੇ ਫੇਰੀ ਪਹੁੰਚੋਗੇ ਮੈਂ 2011 ਦਾ ਲੱਗਾ ਸੀ 22 ਜਾ ਕੇ ਪਹੁੰਚੇ ਹਾਂ ਕਿੰਨਾ ਲੰਬਾ ਪੀਰੀਅਡ ਸੀਗਾ ਮਿਹਨਤ ਹੁੰਦੀ ਹੈ ਹੋਈ ਜਾਂਦੀ ਹੋਈ ਜਾਂਦੀ ਇਦਾਂ ਸਾਰੇ ਕਰ ਰਹੇ ਆ ਹਰੇਕ ਦੀ ਮਿਹਨਤ ਨੂੰ ਫਲ ਲੱਗਣਾ ਹੈ ਲੱਗਣਾ ਘਬਰਾਓ ਨਾ ਤੇ ਗੱਲ ਕਰ ਰਹੇ ਆ ਜਿਹੜੇ ਬੰਦੇ ਰਾਸਤੇ 'ਚ ਬੈਠੇ ਆ ਦੁਬਈ ਵਾਲੇ ਤਾਂ ਹੋ ਸਕਦੇ ਕੋ ਉੱਥੇ ਮਾੜਾ ਮੋਟਾ ਦੇਖ ਕੇ ਕੁਝ ਟਾਈਮ ਲਈ ਸਟੇ ਕਰ ਜਾਓ ਕਿਉਂਕਿ ਆ ਜਿਹੜੇ ਮਹੀਨੇ ਆ ਸੇਫ ਨਹੀਂ ਹੁੰਦੇ ਇਹ ਮੈਂ ਅਕੋਰਡਿੰਗ ਟੂ ਵੈਦਰ ਕਹ ਰਹੇ ਆਂ ਕਿ ਹਾਂ ਵੀ ਮੌਸਮ ਨਹੀਂ ਠੀਕ ਬਾਕੀ ਕੋਈ ਗੋਲੀ ਨਹੀਂ ਚੱਲ ਚੱਲੀ ਸਭ ਕੋ ਠੀਕ ਆ ਠੀਕ ਆ ਜੀ ਘਬਰਾਉਣਾ ਨਹੀਂ ਤੇ ਇਹ ਜਿਹੜੇ ਬੰਦੇ ਹੁਣ ਬਾਇਆ ਸਰਬੀਆ ਜਾਂ ਕਿਤੇ ਹੋਰ ਰਾਸਤੇ ਸਾਣੀ ਐਂਟਰ ਕਰਦੇ ਆ ਬਬਾ ਜਿਹੜੇ ਬੰਦੇ ਹਨ ਤੁਰਕੀ ਤੋਂ ਗ੍ਰੀਸ ਐਂਟਰੀ ਕਰਨ ਦੇ ਮੂਡ ਦੇ ਵਿੱਚ ਬੈਠੇ ਆ ਭਾਈ ਬਹੁਤ ਡਿਫਿਕਲਟ ਆ ਬਹੁਤ ਖਤਰਨਾਕ ਆ ਬਚ ਕੇ ਧਿਆਨ ਨਾਲ ਕੋਣੀ ਤੋਰਾ ਮੋਰਾ ਦੀਆਂ ਪਹਾੜੀਆਂ ਬਹੁਤ ਡੇਂਜਰ ਆ ਬਚ ਕੇ ਆਉਣਾ ਲੋ ਠੀਕ ਆ ਜੀ ਤੇ ਜਿਹੜੇ ਬੰਦੇ ਗ੍ਰੀਸ ਦੇ ਉੱਥੇ ਸਰਬੀਆ ਆਪਣੇ ਸਰਬੀਆ ਕਰਨ ਲੱਗਾ ਸਰਬੀਆ ਦਾ ਖਿਆਲ ਹੁਣ ਖੇਲ ਹੀ ਖਤਮ ਆ ਉਹ ਤਾਂ ਵਿਚਾਰੇ ਕੰਮੀ ਖੰਡਾ ਪੈ ਗਿਆ ਜਿੱਦਾਂ ਕੁਲਫੀ ਲਾਤੀ ਹੁੰਦੀ ਫਰਿੱਜ ਵਿੱਚ ਇਹ ਹਾਲ ਹੋ ਗਿਆ ਸਰਬੀਆ ਵਾਲਿਆਂ ਦਾ ਹੁਣ ਤਾਂ ਇਹਨਾਂ ਨੇ ਜਰਮਨ ਵਾਲਿਆਂ ਨੇ ਉੱਤੋਂ ਦੀ ਹੋਰ ਸੁਣ ਲਓ ਵਾਰਨਿੰਗ ਦਿੱਤੀ ਆ ਸਰਬੀਆ ਨੂੰ ਜਿਹੜੇ ਸਰਬੀਅਨ ਸਿਟੀਜ਼ਨ ਜਿਹੜੇ ਚਿੱਟਾ ਚਮ ਗੋਰੇ ਉਹਨਾਂ ਨੂੰ ਵੀ ਗੈਰਤਾ ਬੰਦੇ ਦੇ ਪੁੱਤ ਬਣ ਜਾਓ ਨਹੀਂ ਤੇ ਤੁਹਾਡਾ ਜਿਹੜਾ ਪਾਸਵਰਡ ਆ ਇਹ ਯੂਰਪ ਦੇ ਸ਼ੇਨਜਨ ਏਰੀਆ 'ਚ ਕੰਮ ਕਰਨ ਆਉਂਦੇ ਆ ਨਾ ਇਹ ਲੋਗ ਨਾਨ ਸ਼ੇਨਜਨ ਏਰੀਆ ਵਾਲੇ ਲੋਗ ਇਹਨਾਂ ਨੂੰ ਉਹਨਾਂ ਨੂੰ ਧਮਕੀ ਦਿੱਤੀ ਆ ਕਿ ਭਾਈ ਤੁਹਾਨੂੰ ਆਉਣ ਤੋਂ ਵੀ ਮਨਾ ਕਰ ਦੇਵਾਂਗੇ ਜੇ ਤੁਸੀਂ ਇਮੀਗ੍ਰੈਂਟ ਨੂੰ ਇਮੀਗ੍ਰੇਸ਼ਨ ਨੂੰ ਨਾ ਰੋਕਿਆ ਜਾਂ ਤਾਂ ਇਹ ਬੰਦਿਆਂ ਨੂੰ ਆਉਣ ਤੋਂ ਨਾ ਰੋਕਿਆ ਤੇ ਇਸ ਲਈ ਉਹ ਵੀ ਵਿਚਾਰੇ ਹੁਣ ਸਮੁੰਦਰੀ ਝਾਗਾਂ ਨੂੰ ਠੰਡੇ ਬੈਠੇ ਆ ਜਿਹੜੇ ਉੱਥੇ ਦੇ ਵਿਚਾਰੇ ਚਿੱਟਾ ਚੰਮ ਗੋਰੇ ਆ ਸਰਬੀਅਨ ਲੋਗ ਠੀਕ ਹੈ ਜੀ ਇਸ ਲਈ ਸਰਬੀਆ ਦਾ ਤਾਂ ਹੁਣ ਜ਼ਿਕਰ ਹੀ ਬੰਦ ਕਰ ਦੇਣਾ ਚਾਹੀਦਾ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਗੱਲ ਕਰਾਂਗਾ ਜਿਹੜੇ ਲੋਗ ਰਸ਼ੀਆ ਦੇ ਵਿੱਚ ਫਸੇ ਹੋਏ ਆ ਜਿਹੜੇ ਰਸ਼ੀਆ ਦੇ ਵਿੱਚ ਫਸੇ ਹੋਏ ਆ ਮਾਸਕੋ ਸੈਂਟ ਪੀਟਰਸਬਰਗ ਦੇ ਵਿੱਚ ਫਸੇ ਹੋਏ ਆ ਦੇਖੋ ਰਸ਼ੀਆ ਇੰਡੀਆ ਨੂੰ ਸਪੋਰਟ ਕਰਦਾ ਇਹ ਚ ਕੋਈ ਸ਼ੱਕ ਨਹੀਂ ਵੀਜ਼ਾ ਵੀ ਟੜਾ-ਟੜ ਦਿੰਦਾ ਕੋਈ ਸ਼ੱਕ ਨਹੀਂ ਔਰ ਬਹੁਤ ਸਾਰੇ ਪਾਕਿਸਤਾਨੀ ਬੰਗਾਲੀ ਨੇਪਾਲੀ ਮੇਰੇ ਭਰਾ শ্রীলੰਕਨ ਸਭ ਫਸੇ ਆ ਉਥੇ ਜਿਹੜਾ ਇਹ ਮੇਨ ਟਾਪਿਕ ਇਹੇ ਸੀਗਾ ਐਕਚੁਅਲ ਦੇ ਵਿੱਚ ਜਿਹੜਾ ਤਾਂ ਰਸ਼ੀਆ ਦੇ ਅੰਦਰ ਫਸਿਆ ਹੋਇਆ ਯਾਰ ਉਹਦਾ ਫਿਊਚਰ ਨਹੀਂ ਹੈਗਾ ਰਸ਼ੀਆ ਦੇ ਵਿੱਚ ਜਦ ਤੱਕ ਤੁਹਾਡੇ ਕੋਲ ਵੀਜ਼ਾ ਤੁਸੀਂ ਸੇਫ ਆ ਘੁੰਮੋ ਫਿਰੋ ਜਿੱਥੇ ਮਰਜੀ ਕੋਈ ਪ੍ਰੋਬਲਮ ਨਹੀਂਗੀ ਅਗਰ ਤੁਹਾਨੂੰ ਉਥੇ ਕੋਈ ਮਾੜਾ-ਮਾੜਾ ਕੰਮ ਮਿਲਦਾ ਕਿਸੇ ਤਰੀਕੇ ਦੇ ਨਾਲ ਉਹ ਕਰਨ ਦੀ ਕੋਸ਼ਿਸ਼ ਕਰੋ ਅਗਰ ਤੁਹਾਨੂੰ ਕੋਈ ਕੰਪਨੀ ਲੀਗਲਾਈਜ਼ ਕਰਕੇ ਰਸ਼ੀਆ ਦੇ ਵਿੱਚ ਰੱਖ ਸਕਦੀ ਆ 5-6 ਮਹੀਨੇ ਸਾਲ ਅਗਰ ਚੋਰ ਚਾਰ ਪੈਸੇ ਬਣਦੇ ਤੁਹਾਡੇ ਮੂਡ ਤੇ ਡਿਪੈਂਡ ਅਗਰ ਕੋਈ ਬੰਦਾ ਗਾਂ ਵਸ਼ਾਂ ਕੋਈ ਜੱਕਬਾਜੀ ਕਰਦਾ ਨਜ਼ਰ ਆ ਗਿਆ ਜੇਲ ਆ ਭਾਜੀ ਉਥੇ ਉਥੇ ਸਿੱਧੀ ਗੱਲ ਆ ਮੇਰੀ ਉਂਗਲ ਦੇਖ ਲਓ ਉਥੇ ਜੇਲ ਆ ਡਾਇਰੈਕਟ ਜੇਲ ਹੋ ਜਾਂਦੀ ਆ ਬੰਦੇ ਨੂੰ ਤੇ ਉਹ ਕਿੰਨਾ ਚਿਰ ਹੋਣੀ ਆ ਉਹਦੇ ਬਾਰੇ ਕੋਈ ਹੀ ਨਹੀਂ ਕੁਝ ਕਹਿ ਸਕਦਾ ਫਿਰ ਉਹ ਡਾਇਰੈਕਟ ਮਾਰਦੇ ਆ ਜਿੱਥੇ ਮਰਜੀ ਇਹੋ ਪਾਕਿਸਤਾਨ ਨਾਲ ਪਾਕਿਸਤਾਨ ਦੇ ਬੰਗਾਲੀ ਆ ਤੇ ਬੰਗਲਾਦੇਸ਼ ਜੀ ਇੰਡੀਆ ਨਾ ਤੇ ਇੰਡੀਆ ਠੀਕ ਹੈ ਜੀ ਉਹ ਉਹਦਾ ਕੋਈ ਟਾਈਮ ਲਿਮਟ ਨਹੀਂ ਹੈਗਾ ਠੀਕ ਹੈ ਜੀ ਵੀਜ਼ਾ ਜ਼ਰੂਰ ਹੁੰਦਾ ਥੋੜਾ ਜਿਹਾ ਹਲਕਾ ਕੀਤਾ ਸਾਡੇ ਵਾਸਤੇ ਆਪਣੀ ਵੀਜ਼ਾ ਪਾਲਿਸੀ ਵੀ ਥੋੜੀ ਹਲਕੀ ਕਰ ਦਿੱਤੀ ਆ ਹੋ ਸਕੇ ਮੈਂ ਡਰੋਂਨਾ ਨਹੀਂ ਹੋ ਸਕੇ ਦੇਖੋ ਬਾਰਡਰ ਲੱਗ ਗਿਆ ਕੰਟਰੀ ਲੱਗ ਗਿਆ ਤੁਸੀਂ ਬੈਲਾਰੂਸ 'ਚ ਐਂਟਰੀ ਕਰ ਜਾਓ ਕਿਸੇ ਤਰੀਕੇ ਦੇ ਨਾਲ ਹੱਥ ਜੋੜ ਕੇ ਬੇਨਤੀ ਆ ਉੱਥੇ ਯੂਨੋ ਦੇ ਕੈਂਪ ਵੀ ਬਣੇ ਹੋਏ ਆ ਰਮਾਨਾ ਬਾਰਡਰ ਸਟੇਟ ਆ ਉੱਥੇ ਜਾ ਕੇ ਆਰਾਮ ਨਾਲ ਦਾਲ ਫਲਕਾ ਖਾਓ ਜਿਹੜਾ ਖਾ ਸਕਦੇ ਆ ਉੱਥੇ ਸੇਫ ਰਹੂਗੇ ਠੰਡ ਬਹੁਤ ਆ ਮੇਰੇ ਭਰਾਵੋ ਉਥੋਂ ਗਾਂ ਪਛਾਣ ਨਿਕਲਣ ਦੇ ਚਾਂਸ ਫਿਰ ਵੀ ਹੁੰਦੇ ਆ ਮਾੜੇ ਮੋਟੇ ਜੇ 2-4 ਸਿੱਧਰ ਅੱਗੇ ਪੈਣਗੇ 2-4 ਪਿੱਛੇ ਪੈਣਗੇ ਕਿਉਂਕਿ ਉਥੇ ਉਹ ਜਿਹੜੀ ਕੰਟਰੀ ਹੈ ਨਾ ਪੋਲੈਂਡ ਦੇ ਬੈਲਾਰੂਸ ਦਾ ਜਿਹੜਾ ਬਾਰਡਰ ਹੈ ਉਹ ਢੋਲਗੀ ਵਾਲਾ ਸਿਸਟਮ ਆ ਉਧਰੋਂ ਵੀ ਪੈਂਦੀਆਂ ਇਧਰੋਂ ਵੀ ਪੈਂਦੀਆਂ ਬਰੋਬਰ ਦੋਨਾਂ ਪਾਸੇ ਤਬਲੇ ਦੀ ਧਾਲ ਫੁੱਲ ਪੈਂਦੀ ਆ ਪਰ ਇੰਨਾ ਹੈ ਕਿ ਬੈਲਾਰੂਸ ਦੇ ਵਿੱਚ ਤੁਹਾਨੂੰ ਉਹ ਜੇਲ ਜੂਲ ਵਾਲਾ ਸੀਨ ਨਹੀਂ ਹੁੰਦਾ ਉਥੇ ਜ਼ੀਲ ਅਪਲਾਈ ਕਰ ਦੋ ਕੋਈ ਨਾਨ ਸ਼ੰਜਾ ਨਾ ਕੱਲ ਨੂੰ ਕੋਈ ਪੰਗਾ ਵੀ ਪੈ ਜਾਂਦਾ ਆ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਅੱਗੇ ਵੀ ਆ ਜੰਨੇ ਆਜ ਨਹੀਂ ਕੱਲ ਨਹੀਂ ਆ ਹੀ ਜਾਣਾ ਹਰੇਕ ਨੇ ਜਿਹਨੇ ਜਾਣਾ ਉਹਨੇ ਇਸੇ ਚੱਕਰ 'ਚ ਹੀ ਜਾਣਾ ਤੇ ਤੁਸੀਂ ਜ਼ੀਲ ਅਪਲਾਈ ਕਰਕੇ ਉੱਥੇ ਕੈਂਪ ਚਰਮਾਨਾ ਗਰਮ ਕੰਬਲਾ 'ਚ ਸੋ ਸਕਦੇ ਆ ਬੈਲਾਰੂਸ ਦੇ ਅੰਦਰ ਰਸ਼ੀਆ 'ਚ ਰਹਿਣਾ ਬੇਵਕੂਫੀ ਹੋਊਗੀ ਉਥੋਂ ਨਿਕਲ ਜਾਓ ਜਾਦਾ ਵਧੀਆ ਰਹੋਗੇ ਮੇਰੀ ਐਡਵਾਈਸ ਆ ਮੇਰੇ ਭਰਾਵਾਂ ਨੂੰ ਜਿਹੜੇ ਚੰਗੇ ਤਰ੍ਹਾਂ ਦੀ ਗੱਲ ਮੇਰੀ ਗੱਲ ਸਮਝ ਜਾਣਗੇ ਉਹ ਵਧੀਆ ਗੂ ਵਿੱਚ ਬਹੁਤ ਸਾਰੇ ਲੋਕਾਂ ਨੇ ਫੋਨ ਵੀ ਕੀਤੇ ਔਰ ਬਹੁਤ ਸਾਰਿਆਂ ਨੇ ਮੈਸੇਜ ਵੀ ਕੀਤੇ ਭਾਈ ਅਸੀਂ ਨਿਕਲਣਾ ਆਇਆ ਕਰਨਾ ਉਹ ਕਰਨਾ ਅਗਰ ਕਿਸੇ ਲਾਟ比亚 ਜਾਂ ਹੋਰ ਕਿਸੇ ਨਾਲ-ਨਾਲ ਬਾਰਡਰ ਸਟੇਟ ਕੰਟਰੀ ਦੇ ਬੜਨ ਦੀ ਕੋਸ਼ਿਸ਼ ਕਰਦੇ ਆ ਫਿਨਲੈਂਡ ਨਾਰਵੇ ਵਗੈਰਾ ਨੂੰ ਫੜੇ ਜਾਂਦੇ ਉਹ ਸਿੱਧੀ ਜੇਲ ਆ ਉਹਨਾਂ ਦੇ ਮੁਤਲਕ ਉਹ ਕਰਾਇਮ ਆ ਬੈਲਾਰੂਸ ਚ ਚਲੇ ਗਏ ਉਹਨਾਂ ਨੇ ਕਹਣਾ ਚਲੋ ਯਾਰ ਪਤਾ ਨਹੀਂ ਖਰੇ ਯੂਕਰੇਨ ਤੋਂ ਆਇਆ ਪਤਾ ਨਹੀਂ ਖਰੇ ਕਿੱਧਰੋਂ ਆਇਆ ਲੱਕਮਾਨੇ ਬਣ ਜਾਂਦੇ ਆ ਉੱਥੇ ਤੁਸੀਂ ਅਜ਼ੀਲ ਲੈ ਲਓ ਇਮੀਗ੍ਰੈਂਟ ਦੀ ਪਾਲਿਸੀ ਦੇ ਵਿੱਚ ਆਪਣਾ ਆਰਾਮ ਨਾਲ ਆਪਣਾ ਟਾਈਮ ਘਟ ਸਕਦੇ ਆਂ ਚਿੱਤਰਾਂ ਤੋਂ ਬਸ ਸਕਦੇ ਆਂ ਅਸਲ ਦੇ ਵਿੱਚ ਪੰਜਾਬੀਆਂ ਮੈਨੂੰ ਪਤਾ ਸਾਡੇ ਵੀ ਪੈਂਦੀਆਂ ਸੀ ਅੱਗੇ ਵੀ ਪੈਂਦੀਆਂ ਠੀਕ ਹੈ ਜੀ ਤੇ ਇਹ ਜਿਹੜਾ ਇਹ ਢੋਲਕੀ ਵਾਲਾ ਸਿਸਟਮ ਹੁੰਦਾ ਜਦ ਤੱਕ ਬੰਦਾ ਕਿਸੇ ਦੇਕੀ ਨਾ ਕਿਸੇ ਜਗ੍ਹਾ ਤੇ ਪਹੁੰਚਦਾ ਨਹੀਂ ਉਹਨੇ ਚਿਕਰਾ ਹੀ ਕੋਸ਼ੀ ਆ ਕੁੱਤਖਾਨਾ ਤੁਸੀਂ ਬੈਲਾਰੂਸ ਦੇ ਵਿੱਚ ਸਟੇ ਲੈ ਸਕਦੇ ਆਂ ਬੈਲਾਰੂਸ ਤੁਹਾਨੂੰ ਸਟੇ ਦਿੰਦਾ ਆ ਉੱਥੇ ਲੰਗਰ ਪ੍ਰਸ਼ਾਦੇ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਰਮਾਨਾ ਉੱਥੇ ਰੁਕੋ ਮੇਰੀ ਪੰਜਾਬੀ ਥੋੜੀ ਜੀ ਹੈਗੀ ਮੈਂ ਥੋੜਾ ਜਿਹਾ ਗੱਲ ਕਰਦਾ ਹਾਂ ਨਾ ਪੋਜ਼ਿਟਿਵਿਟੀ ਨਾਲ ਕਿ ਹਾਂ ਯਾਰ ਬੰਦਾ ਡੀਗਰੇਡ ਵੀ ਨਾ ਹੋਵੇ ਬੰਦਾ ਘਬਰਾਵੇ ਵੀ ਨਾ ਠੀਕ ਹੈ ਜੇ ਬਾੜੀ ਗਏ ਆ ਟਰਾਈ ਇੱਕ ਅੱਧੀ ਵਾਰ ਕੀਤੀ ਹੈ ਦੋ ਚਾਰ ਧੱਕੇ ਪਏ ਆ ਤਾਂ ਫਿਰ ਬੰਦਾ ਆ ਕੇ ਰਜ਼ੀਲ ਲੈ ਕੇ ਉੱਥੇ ਕੈਂਪ 'ਚ ਬੈਂਦਾ ਜਦ ਤੱਕ ਥੋੜਾ ਵੈਦਰ ਸਹੀ ਹੋਊਗਾ ਮੌਸਮ ਸਹੀ ਹੋਊਗਾ ਬੰਦਾ ਕੋਈ ਨਾ ਕੋਈ ਵੱਧ ਘਟ ਦੇ ਕੇ ਨਿਕਲਦਾ ਜਾਨ ਸਲਾਮਤ ਸਭ ਕੁਝ ਸਹੀ ਤੇ ਮੇਰੇ ਵੀਰੋ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਹੋ ਸਕਦਾ ਕਿ ਅਗਲੀ ਵਾਰ ਫਿੰਗਰ ਫੁੰਗਰ ਕਰਾ ਕੇ ਤੁਹਾਨੂੰ ਮਿਲੀਏ ਵਧੀਆ ਤਰੀਕੇ ਦੇ ਨਾਲ ਆਉਣ ਵਾਲੇ ਸਮਿਆਂ ਦੇ ਵਿੱਚ ਐਕਟੀਵੇਟ ਹੋਵਾਂਗੇ ਸਾਰਾ ਕੁਝ ਕਰਾਂਗੇ ਹਜੇ ਤੱਕ ਥੋੜਾ ਜਿਹਾ ਆਪਣੇ ਉੱਤੇ ਵੀ ਸਟ्रेस ਬਹੁਤ ਜ਼ਿਆਦਾ ਆ ਵਰਕ ਸਟ्रेस ਵੀ ਹੈਗਾ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਫੇਸ ਕਰਦੇ ਹੋਏ ਅੱਗੇ ਵਧ ਰਹੇ ਆ ਪਿਛਲੇ 3 ਸਾਲ ਤੋਂ ਹੁਣ ਕੁਝ ਜ਼ਿਆਦਾ ਹੀ ਇਹਨਾਂ ਦਿਨਾਂ 'ਚ ਤੇ ਆਪਣੀ ਫੈਮਿਲੀ ਨੂੰ ਸਪੋਰਟ ਕਰੋ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਲਾਈਕ ਕਰੋ ਕਮੈਂਟ ਕਰੋ ਤੇ ਜੀ ਦੇ ਵਸਦੇ ਰਹੋ